ਸਵੇਰੇ ABC ਪੰਜਾਬ ਦੇ ਮੈਂ ਹਾ ਗਰਿਮਾ ਪੰਜਾਬ ਦਾ ਖਬਰਨਾਮਾ ਲੈ ਕੇ ਇੱਕ ਵਾਰ ਫਿਰ ਤੁਹਾਜ਼ਰਾਂ ਗੱਲ ਕਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਉੱਤੇ ਸਿਹਤ ਵਿਭਾਗ ਨੇ ਗੈਰ ਕਾਨੂੰਨੀ ਚੱਲ ਰਹੇ ਨਸ਼ਾ ਛਡਾਊ ਕੇਂਦਰ ਦਾ ਕੀਤਾ ਪਰਦਾਫਾਸ਼ ਪੰਜਾਬ ਨੌਜਵਾਨਾਂ ਨੂੰ ਮੌਕੇ ਤੇ ਛੁਡਵਾਇਆ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ 15 ਕਰੋੜ ਦੀ ਹੀਰੋਇਨ ਸਣੇ ਮੋਬਾਈਲ ਕੀਤੇ ਬੀਐਸਐਫ ਨੇ ਬਰਾਮਦ ਸੀਐਮ ਮਾਨ ਨੇ ਗਵਰਨਰ ਬਨਵਾਰੀ ਰਾਜ ਪਰੋਹਿਤ ਦਾ ਕੀਤਾ ਧੰਨਵਾਦ ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕਰਕੇ ਪੇਜੇ ਤਿੰਨ ਬਿਲਾਂ ਨੂੰ ਗਵਰਨਰ ਨੇ ਦਿੱਤੀ ਮਨਜ਼ੂਰੀ ਜ਼ਮੀਨਾਂ ਦੀਆਂ ਅੰਤਕਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਫਿਰ ਦਿੱਤੀ ਵੱਡੀ ਰਾਹਤ ਮੁੱਖ ਮੰਤਰੀ ਨੇ ਕੀਤੇ ਵੱਡੇ ਐਲਾਨ ਸੀਐਮ ਮਾਨ ਦਾ ਗੁਜਰਾਤ ਦੌਰਾ ਸੀਐਮ ਮਾਨ ਨੇ ਕੇਂਦਰ ਉਤੇ ਤਿੱਖੇ ਸਾਦੇ ਨਿਸ਼ਾਨੇ ਕਿਹਾ ਪਾਜਪਾ ਵਾਲੇ ਸਿਰਫ ਸੁਣਾਉਂਦੇ ਨੇ ਜੁਮਲੇ ਐਮਐਲਏ ਅਸ਼ੁਨੀਸ਼ ਸ਼ਰਮਾ ਨੇ ਕੇਂਦਰੀ ਰੇਲ ਮੰਤਰੀ ਦੇ ਨਾਲ ਕੀਤੀ ਖਾਸ ਮੁਲਾਕਾਤ ਪਠਾਨਕੋਟ ਜ਼ਿਲ੍ਹੇ ਨੂੰ ਲੈ ਕੇ ਰੱਖਿਆ ਕਈ ਮੰਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ ਦੇ ਵਿੱਚ ਅਕਾਲੀ ਦਲ ਨਵੀਂ ਰਣਨੀਤੀ ਬਣਾਉਣ ਲੱਗੇ ਸੁਖਬੀਰ ਬਾਦਲ ਉੱਤਰੀ ਭਾਰਤ ਦੇ ਵਿੱਚ ਕੜਾਕੀ ਦੀ ਠੰਡ ਤੁੰਦੇਵਿਚ ਕਿਰੇ ਸਤਖੰਡ શ્રી ਹਰਮੰਦਰ ਸਾਹਿਬ ਵਿਖੇ ਸੰਗਤਾਂ ਦਾ ਪਾਰੀ ਇਕੱਠ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਠੰਡ ਤੇ ਸੰਘਣੀ ਤੁੰਦੇ ਕਾਰਨ ਲਿਆ ਸਿੱਖਿਆ ਵਿਭਾਗ ਨੇ ਫੈਸਲਾ ਤਸੀਰਦਾਰਾਂ ਦੇ ਪੜਕੇ ਮੰਤਰੀ ਕਿੱਥੇ ਤੁਹਾਡੇ ਪਟਵਾਰੀ ਤੇ ਕੰਗੋ ਤੁਸੀਂ ਲੋਕਾਂ ਦਾ ਕੰਮ ਕਿਵੇਂ ਕਰੋਗੇ ਮੰਤਰੀ ਨੇ ਆਖਿਆ ਹੁਣ ਖਬਰਾਂ ਵਿਸਥਾਰ ਨਾਲ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੀਏ ਗੈਰ ਕਾਨੂੰਨੀ ਟਾਕ ਦੇ ਨਾਲ ਚਲਾਏ ਜਾ ਰਹੇ ਨਸ਼ਾ ਸ਼ਡਾਊਟ ਕੇਂਦਰ ਦਾ ਪਰਦਾ ਫਾਸ਼ ਕੀਤਾ ਹੈ ਵਿਭਾਗ ਨੇ ਕੇਂਦਰ ਤੇ ਅંદર ਬੰਦ ਕੀਤੇ ਪੰਜਾਹ ਦੇ ਕਰੀਬਨ ਬਖਤੀਆਂ ਨੂੰ छुड़ाया ਜਿਸ ਨੂੰ ਬੀ ਦੇ ਕਰੀਬ ਨੌਜਵਾਨ ਨਸ਼ਾ ਸ਼ਡਾਉ ਕੇਂਦਰ ਦੇ ਵਿੱਚ ਦਾਖਲ ਕਰਵਾਏ ਗਏ ਸੀ ਇਸ ਦੇ ਨਾਲ ਹੀ ਵਿਭਾਗ ਦੇ ਵੱਲੋਂ ਕੇਂਦਰ ਦੇ ਸਾਰੇ ਰਿਕਾਰਡ ਵੀ ਚੈੱਕ ਕੀਤੇ ਗਏ ਜੋ ਜਾਲੀ ਪਾਏ ਗਏ ਨੇ ਜਿਸ ਤੋਂ ਬਾਅਦ ਵਿਭਾਗ ਨੇ ਰਿਕਾਰਡ ਕਬਜ਼ੇ ਦੇ ਵਿੱਚ ਲੈ ਕੇ ਕੇਂਦਰ ਨੂੰ ਸੀਲ ਕਰ ਦਿੱਤਾ ਸੈਂਟਰ ਦੇ ਵਿੱਚ ਦਾਖਲ ਜ਼ਿਆਦਾਤਰ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਤੇ ਉਹਨਾਂ ਨੂੰ ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ ਵਿਭਾਗ ਨੇ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਡਰੱਗ ਸੈਂਟਰ ਮਾਲਕ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧੀ ਸਰਜਨ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਈਆ ਨੇੜੇ ਇੱਕ ਨਸ਼ਾ ਸ਼ਡਾਉ ਕੇਂਦਰ ਨਜਾਇਜ਼ ਤੌਰ ਤੇ ਨੌਜਵਾਨਾਂ ਨੂੰ ਬੰਦ ਕਰਕੇ ਰੱਖ ਰਿਹਾ ਤੇ ਉਹਨਾਂ ਦਾ ਕੁੱਟਮਾਰ ਕਰ ਰਿਹਾ ਹੈ ਤੇ ਤੁਰੰਤ ਜ਼ਿਲ੍ਹਾ ਟਿਕਾ ਕਰਨ ਅਫਸਰ ਡਾਕਟਰ 파ਰਤੀ धवन ਦੇ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਤੇ ਮੁਹਿੰਮ ਵੱਡੀ ਗਈ ਜਿਸ ਵਿੱਚ ਲਗਭਗ 50 ਨੌਜਵਾਨਾਂ ਨੂੰ ਬਚਾਇਆ ਗਿਆ ਹੈ ਖਬਰ ਬੀਐਸਐਫ ਨਾਲ ਜੁੜੀ ਹੋਈ ਹੈ ਭਾਰਤ ਪਾਕਿਸਤਾਨ ਸਰਹੱਦ ਨਿਰਾਲ ਲਗਦੇ ਬੀਓਪੀ ਦਾਉ ਦੇ ਖੇਤਰ ਦੇ ਵਿੱਚ ਬੀਐਸਐਫ ਨੇ ਡਰੋਨ ਰਾਹੀਂ ਸੁੱਟੇ ਗਏ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 15 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ ਕਿਸੇ ਨੇ ਮੰਗਲਵਾਰ ਦੇ ਵਿੱਚ ਖੇਤਾ ਦੇ ਵਿੱਚ ਸੁੱਟ ਦਿੱਤੀ ਸੀ ਤੇ ਕਿਸੇ ਦੇ ਵੱਲੋਂ ਖਾਸ ਤੌਰ ਤੇ ਮੰਗਵਾਈ ਗਈ ਸੀ ਕਿਸ ਨੂੰ ਮਿਲਣੀ ਸੀ ਇਸ ਬਾਰੇ ਬੀਐਸਐਫ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੈਰੋਇਨ ਦੇ ਨਾਲ ਨਾਲ ਇੱਕ ਜਿਹੜਾ ਹੈ ਫੋਨ ਵੀ ਬਰਾਮਦ ਬੀਐਸਐਫ ਨੇ ਕੀਤਾ ਜਿਸ ਰਾਹੀਂ ਸਮੱਗਲਰ WhatsApp ਕਾਲ ਕਰਕੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰ ਰਿਹਾ ਸੀ ਬੀਐਸਐਫ ਨੇ ਇਸ ਟਰਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਹੀਰੋਇਨ ਨੂੰ ਵੀ ਫੜ ਲਿਆ ਹੈ ਤੇ ਨਾਲ ਹੀ ਹੁਣ ਜਿਸ ਵੱਲੋਂ ਮੰਗਵਾਈ ਗਈ ਸੀ ਫੋਨ ਦੇ ਜ਼ਰੀਏ ਖਾਸ ਪੜਤਾਲ ਕਰਕੇ ਅਗਲੀ ਕਾਰਵਾਈ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸੀਐਮਾਨ ਦੇ ਵੱਲੋਂ ਟਵੀਟ ਸੰਦਰ ਕਰਕੇ ਰਾਜਪਾਲ ਬੰਦਵਾਰੀ ਲਾਲ ਪ੍ਰੋਹਿਤ ਅਖਾਸ ਤਨਵਾਦ ਕੀਤਾ ਗਿਆ ਪੰਜਾਬ ਦੇ ਰਾਜਪਾਲ ਬੰਦਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੀ ਜਾਣਕਾਰੀ ਖੁਦ ਸੀਐਮ ਮੰਨ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਆਖਿਆ ਕਿ ਰਾਜਪਾਲ ਨੇ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਪੂਰਨ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ ਰਾਜਪਾਲ ਨੇ ਰਜਿਸਟ੍ਰੇਸ਼ਨ ਬਿੱਲ 2023 ਜਾਇਦਾ ਦਾ ਤਬਾਦਲਾ ਬਿੱਲ 2023 ਪਾਰਟੀ ਸਟੈਂਪ ਬਿੱਲ 2023 ਨੂੰ ਮਨਜ਼ੂਰੀ ਦੇ ਦੇ ਦिती ਹੈ ਤੀਨਾ ਬਿਲਾ ਨੂੰ ਮਨਜ਼ੂਰੀ ਦੇਣ ਉਤੇ ਮੁੱਖ ਮੰਤਰੀ ਨੇ ਗਵਰਨਰ ਦਾ ਖਾਸ ਧੰਨਵਾਦ ਕੀਤਾ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਉਮੀਦ ਕਰਦਿਆਂ ਕਿ ਅੱਗੇ ਵੀ ਪੰਜਾਬ ਪੱਖੀ ਜਿਹੜੇ ਬਾਕੀ ਬਿਲਾ ਨੂੰ ਉਹ ਮਨਜ਼ੂਰ ਜ਼ਰੂਰ ਕਰਨਗੇ ਖਬਰ ਜੁੜੀ ਹੈ ਜ਼ਮੀਨਾਂ ਦੇ ਇੰਤਕਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡੀ ਰਾਹਤ ਲੋਕਾਂ ਨੂੰ ਦਿੱਤੀ ਹੈ ਸੂਬਾ ਸਰਕਾਰ ਦੀ ਹਦਾਇਤਾ ਉਤੇ 6 ਜਨਵਰੀ ਨੂੰ ਪੰਜਾਬ ਦੀਆਂ ਸਮੂਹ ਤਹਿਸੀਲਾ ਸਬ ਤਹਿਸੀਲਾ ਦੇ ਵਿੱਚ ਪੁਰਾਣੇ ਬੈਂਡਿੰਗ ਜਿਹੜੇ ਜ਼ਮੀਨ ਇੰਤਕਾਲਾ ਦਾ ਨਿਪਟਾਰਾ ਕਰਨ ਦੇ ਲਈ ਵਿਸ਼ੇਸ਼ कैंप लगाया गया सि इस दरमियान मुख्यमंत्री ने ट्वीट करके आख्या कि बीते दिन पंजाब ਦੇ ਵਿੱਚ ਇਨਕਾਲਾ ਦੇ ਮਾਮਲੇ ਨੂੰ ਲੈ ਕੇ ਵਿਸ਼ੇਸ਼ ਕੈਂਪ ਲਗਾਈ ਗਈ ਨਹੀਂ ਜਿਥੇ 30000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਇੱਕ ਅਤਿ ਸ਼ਰੰਗੀ ਪਹਿਲ ਹੈ ਅਤੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸ਼ਨੀਵਾਰ ਨੂੰ ਸੂਬੇ ਪਰਦੇ ਵਿੱਚ ਲਗਾਇਆ ਗਿਆ ਇਹ ਕੈਂਪ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਲੋਕਾਂ ਦੇ ਲਈ ਕਾਫੀ ਜ਼ਿਆਦਾ ਵਧੀਆ ਰਿਹਾ ਜਿਸ ਵਿੱਚ 31000 ਤੋਂ ਵੱਧ ਕੀ ਸਦਾ ਨਪਤਾਰਾ ਹੋਇਆ ਹੈ ਅਸੀਂ ਦੁਬਾਰਾ 15 ਜਨਵਰੀ ਨੂੰ ਇਹ ਕੈਂਪ ਲਗਾਵਾਂਗੇ ਜਿਸ ਕਰਕੇ ਇੰਤਕਾਲ ਸੰਬੰਧੀ ਕੋਈ ਕੰਮ ਬਾਕੀ ਰਹਿ ਗਿਆ ਹੈ ਉਹ ਆਪਣੇ ਨੇੜੇ ਦੀਆਂ ਤਹਿਸੀਲਾਂ ਸਬ ਤਹਿਸੀਲਾਂ ਵਿੱਚ ਜਾ ਕੇ ਕੰਮ ਕਰਵਾ ਸਕਦੇ ਨੇ ਤਸਵੀਲੀ ਸੀਮਾਨ ਗੁਜਰਾਤ ਦੇ ਦੌਰੇ ਤੇ ਨਹੀਂ ਗੁਜਰਾਤ ਵਿਖੇ ਡੀਡੀ ਆਪ ਦਾ ਤੋਂ ਆਪ ਵਿਧਾਇਕ ਚੇਤਰ ਵਸਵਾ ਦੇ ਸਮਰਥਨ ਦੇ ਵਿੱਚ ਅਸ਼ਮਕ ਮੰਤਰੀ ਅਰਵਿੰਦ ਕੇਤਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਹੈ ਇਸ ਦੌਰਾਨ ਸੀਐਮ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪਾਸਵਾ ਉਤੇ ਤਿੱਖੇ ਸ਼ਬਦੀ ਨਿਸ਼ਾਨੇ ਸਾਦੇ ਨੇ ਅਰਵਿੰਦ ਕੇਤਰੀਵਾਲ ਅਤੇ ਸੀਐਮ ਮਾਨ ਜੰਗਲਾਤ ਕਰਮਚਾਰੀਆਂ ਉਤੇ ਕੋਠ ਮਾਰ ਅਤੇ ਫਾਇਰਿੰਗ ਦੇ ਮਾਮਲੇ ਉਤੇ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲਣ ਗੁਜਰਾਤ ਪਹੁੰਚੇ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਹੈ ਕਿ ਭਾਜਪਾ ਜਨਤਾ ਪਾਰਟੀ ਨੂੰ ਗੁੰਮਰਾਹ ਕਰ ਰਹੀ ਹੈ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਗੱਲ ਜੁਮਲਾ ਨਿਕਲੀ ਹੈ ਬਾਸ਼ਪਾਵਲ ਵਾਲੇ ਸਰਫ ਜੁਮਲੇ ਹੀ ਸੁਣਾਉਂਦੇ ਨੇ ਅਸੀਂ ਕੰਮ ਕਰ ਰਹੇ ਹਾਂ ਭਗਵੰਤ ਮਾਨ ਨੇ ਕਿਹਾ ਹੈ ਕਿ ਸਲੰਡਰ 1000 ਰੁਪਏ ਮਹਿੰਗਾ ਕਰਕੇ ਸਿਰਫ 200 ਰੁਪਏ ਸਸਤਾ ਕੀਤਾ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਜਵਾ ਹੋਰ ਵੀ ਜੁਮਲੇ ਜੜੀ ਹੈ ਚੋਣ ਹਰਵਿੰਕੇ ਤ੍ਰਿਵਾਲ ਨੂੰ ਪੇਚੇ ਗਏ ਈਡੀ ਦੇ ਨੋਟਿਸਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਪਗਵੰਤ ਮਾਨ ਨੇ ਕਿਹਾ ਕਿ ਪਾਜਵਾ ਈਡੀ ਦਾ ਇਸਤੇਮਾਲ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਨੂੰ ਈਡੀ ਦੇ ਨੋਟਿਸ ਦੇ ਨਾਲ ਡਰਾਇਆ ਗਿਆ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ ਔਰ ਅਰਵਿੰਦ ਕੇਚਰੀਵਾਲ ਨੂੰ ਬਬਰ ਸ਼ੇਰ ਦੱਸਤੀ ਹੋਏ ਕਿਹਾ ਹੈ ਕਿ ਅਰਵਿੰਦ ਕੇਚਰੀਵਾਲ ਬਬਰ ਸ਼ੇਰ ਨੇ ਸ਼ੇਰ ਪਿੰਜਰੇ ਦੇ ਵਿੱਚ ਨਹੀਂ ਰਹਿੰਦਾ ਜੇਕਰ ਪਿੰਜਰੇ ਦੇ ਵਿੱਚ ਰਹਿੰਦਾ ਹੈ ਉਹ ਕਦੇ ਵੀ ਨਹੀਂ ਖਾਂਦਾ ਜੇਕਰ ਪਿੰਜਰੇ ਦੇ ਵਿੱਚ ਰਹੇਗਾ ਤਾਂ ਉਹ ਜਾਂ ਤਾਂ ਖੁਦ ਮਾਰ ਜਾਏਗਾ ਜਾਂ ਪਿੰਜਰਾ ਤੋੜ ਦੇਵੇਗਾ ਕੇਚਰੀਵਾਲ ਸਾਡੇ ਬਬਰ ਸ਼ੇਰ ਨੇ ਅਸੀਂ ਇਹਨਾਂ ਸ਼ੇਰਾ ਦੇ ਨਾਲ ਹੀ ਰਹਿੰਦੇ ਹਾਂ ਇੰਨਾ ਜਲਦੀ ਦਾ ਨਹੀਂ ਅਸੀਂ ਬਬਰ ਸ਼ੇਰਾ ਨੂੰ ਈਡੀਐਵ ਵਾਲਿਆਂ ਨੂੰ ਹੱਥ ਪਾਉਣ ਦਵਾਂਗੇ ਇਸ ਦੇ ਇਲਾਵਾ ਹੀ ਉਹਨਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਹੈ ਕਿ ਪੰਜਾਬ ਦੇ ਵਿੱਚ 20 ਮਹੀਨਿਆਂ ਦੌਰਾਨ 72000 ਨੌਜਵਾਨਾਂ ਮਾਫ ਕਰਨਾ 42000 ਨੌਜਵਾਨਾਂ ਨੂੰ ਨੌکریاں ਦਿੱਤੀਆਂ ਨੇ ਅਤੇ 10 ਜਨਵਰੀ ਨੂੰ 700 ਲੋਕਾਂ ਨੂੰ ਨਿਯੁਕਤੀ ਪੱਤਰ ਵੰਡਨੇ ਪੰਜਾਬ ਦੇ ਵਿੱਚ 90% ਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਉਹਨਾਂ ਕਿਹਾ ਕਿ ਆਮ ਤੌਰ ਤੇ ਸਰਕਾਰ ਸਰਕਾਰੀ ਸੰਸਥਾਵਾਂ ਨੂੰ ਕਾਟੇ ਵਿਖਾ ਕੇ ਮਤਰਾ ਨੂੰ ਵੇਚ ਦਿੰਦੀ ਹੈ ਪਰ ਪੰਜਾਬ ਨੇ 6 ਦਿਨ ਪਹਿਲਾਂ ਹੀ ਸਰਕਾਰੀ ਬਿਜਲੀ ਬੋਰਡ ਦੇ ਨਿਜੀ ਥਰਮਲ ਪਲਾਂਟ ਖਰੀਦਿਆ ਉਹਨਾਂ ਕਿਹਾ ਹੈ ਕਿ ਇਹ ਹੀ ਅਰਵਿੰਦ ਕੇਸ਼ਰੀਵਾਲ ਦੀ ਸੋਚ ਹੈ ਜਿਸ ਕਾਰਨ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਖਿੱਚੀ ਗਈ ਇੱਕ ਨਕਸ਼ਾ ਅਤੇ ਇਸ ਨਕਸ਼ੇ ਦੇ ਉੱਪਰ ਅਸੀਂ ਚੱਲ ਰਹੇ ਚਲੋ ਨਾਲ ਹੀ ਜਿਸ ਕਾਰਨ ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਲੋਕ ਖੁਸ਼ ਨੇ ਉਹਨਾਂ ਕਹਿਆ ਕਿ ਜੇਕਰ ਕਿਸੇ ਨੂੰ ਸਿਰਫ ਪੈਸੇ ਹੀ ਚਾਹੀਦੇ ਹਨ ਫੇਮ ਅਤੇ ਫੋਟੋ ਹੀ ਲਗਵਾਉਣੀ ਹੈ ਤਾਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦਾ ਹੈ ਗੱਲ ਕਰਦੇ ਆ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦੀ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਅੱਜ ਵੰਦੇ ਭਾਰਤ ਰੇਲ ਗੱਡੀ ਦੇ ਰੋਕਣ ਨੂੰ ਲੈ ਕੇ ਦਿੱਲੀ ਸਥਿਤ ਰੇਲ ਵਿਭਾਗ ਦੇ ਦਫ਼ਤਰ ਦੇ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ विश्नुफ दि नाल खास मुलाकात ਕੀਤੀ ਗਈ ਪਠਾਨਕੋਟ ਦੇ ਵਿੱਚ ਬੰਦੇ ਭਾਰਤ ਰੇਲ ਗੱਡੀ ਰੋਕਣ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ ਇਸ ਦੌਰਾਨ ਵਿਧਾਇਕ ਅਸ਼wini ਸ਼ਰਮਾ ਨੇ ਰੇਲ ਮੰਤਰੀ ਨੂੰ ਦੱਸਿਆ ਹੈ ਕਿ ਪਠਾਨਕੋਟ ਇੱਕ ਅਜਿਹਾ ਇਲਾਕਾ ਜਿੱਥੇ ਸਪੋਰਟ ਦਾ ਵੱਡਾ ਅਦਾ ਹੈ ਤੇ ਨਾਲ ਹੀ ਹਵਾਈ ਸੈਨਾ ਵੀ ਇੱਥੇ ਹੈ ਜ਼ਿਲ੍ਹਾ ਪਠਾਨਕੋਟ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਸਰਹੱਦਾਂ ਲੱਗਦਾ ਹੈ ਉਹਨਾਂ ਕਿਹਾ ਕਿ ਪਠਾਨਕੋਟ ਅਤੇ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਜਾਣ ਵਾਲੇ ਯਾਤਰੀਆਂ ਦੇ ਲਈ ਰੇਲ ਗੱਡੀਆਂ ਦੇ ਵਿੱਚ ਸਵਾਰ ਇੱਥੇ ਲੋਕ ਹੁੰਦੇ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਚੰਬਾ ਪਠਾਨਕੋਟ ਜ਼ਿਲ੍ਹੇ ਦੇ ਨਾਲ ਹੀ ਲੱਗਦੇ ਨੇ ਜਮੂ ਕਸ਼ਮੀਰ ਦੇ ਕਠੂਆ ਅਤੇ ਬੋਸਲੀ ਵੀ ਸਰਹੱਦ ਨੂੰ ਸਾਂਝਾ ਕਰਦੇ ਨੇ ਜਦੋਂ ਕਿ ਪੰਜਾਬ ਦੇ ਗੁਰਦਾਸਪੁਰ ਦਿਨਾਨਗਰ ਮੁਕੇਰੀਆ ਤਲਵਾੜਾ ਹਾਜੀਪੁਰ ਆਦੀ ਜ਼ਿਲ੍ਹੇ ਵੀ ਪਠਾਨਕੋਟ ਦੇ ਆਸ-ਪਾਸ ਹਨ ਇਸ ਕਾਰਨ ਜੇਕਰ ਵੰਦੇਪਾਰ ਐਟਰੀਲ ਕੱਢੀ ਪਠਾਨਕੋਟ ਵਿਖੇ ਰੁਕਦੀ ਹੈ ਤਾਂ ਇਹਨਾਂ ਸਾਰੀਆਂ ਥਾਵਾਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਰੇਲ ਗੱਡੀ ਦਾ ਪੂਰਾ ਲਾਭ ਮਿਲੇਗਾ ਵਿਦਾਇਕ ਅਸ਼wini ਸ਼ਰਮਾ ਨੇ ਕਿਹਾ ਹੈ ਕਿ ਪਠਾਨਕੋਟ ਜ਼ਿਲ੍ਹਾ ਸਲਾਨੀ ਹੱਬ ਬਣਦਾ ਜਾ ਰਿਹਾ ਜਿਸ ਨਾਲ ਵੱਖ-ਵੱਖ ਥਾਂਾਂ ਉੱਤੇ ਆਉਣ ਵਾਲੇ ਲੋਕਾਂ ਤੇ ਸਲਾਨੀਆਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਇਹਨਾਂ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਰੇਲ ਮੰਤਰੀ ਅਸ਼wini ਸ਼ਰਮਾ ਨੇ ਇਸ ਨੂੰ ਹਾਂ ਪਖੀ ਲਿਆ ਅਤੇ ਪਰੋਸਾ ਦਿੱਤਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਵਨ ਦੇ ਭਾਰਤ ਟ੍ਰੇਨ ਜਿਹੜੀ ਪਠਾਨਕੋਟ ਦੇ ਵਿੱਚ ਵੀ ਰੁਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਗੱਲ ਕਰਦੇ ਆ ਪੰਜਾਬ ਦੀ ਸਿਆਸਤ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਪਟੜੀ ਤੋਂ ਉਤਰ ਚੁਕੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਵੇਲੇ ਲਗੇ ਸੁਖਬੀਰ ਸਿੰਘ ਬਾਦਲ ਨਵੀਂ ਰਣਨੀਤੀ ਬਣਾਉਣ ਲੱਗੇ ਹੋਏ ਨੇ ਜੀ ਹਾਂ ਇਸ ਚਲਦੇ ਆ ਪਾਰਟੀ ਹੁਣ ਤੋਂ ਲੈ ਕੇ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀਆਂ ਚੋਣਾਂ ਕਰਨਾ ਚਾਹੁੰਦੇ ਹੈ ਤਾਂ ਜੋ ਉਮੀਦਵਾਰਾਂ ਨੂੰ ਆਪਣੀ ਪ੍ਰਚਾਰ ਦਾ ਪੂਰਾ ਮੌਕਾ ਮਿਲ ਸਕੇ ਇਸ ਨਾਲ ਹੀ ਤਾਂ ਜੋ ਉਮੀਦਵਾਰ ਰਾਜ ਕੇ ਜਿਹੜਾ ਪਾਰਟੀ ਪ੍ਰਚਾਰ ਕਰ ਸਕੇ ਪਾਰਟੀ ਜਨਤਾ ਪਾਰਟੀ ਦੇ ਨਾਲ ਗੱਟ ਜੋੜ ਤੋਂ ਚਰਚਾਾਂ ਮਾ ਦਰਮਿਆਨ ਅਕਾਲੀ ਦਲ ਨੇ ਵੀ ਅਜੇਹੀ ਲੋਕ ਸਭਾ ਹਲਕਿਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਉੱਤੇ ਉਮੀਦਵਾਰਾਂ ਦਾ ਚੋਣ ਲੜਨਾ ਚੜ੍ਹਾ ਹੈ ਉਹ ਤੈ ਹੋਵੇਗਾ ਮੰਨਿਆ ਜਾ ਰਿਹਾ ਹੈ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਨਵੇਂ ਸਮਝੌਤੇਆਂ ਤਹਿਤ ਆਕਾਲੀ ਦਲ ਦੇ ਹੁਣ ਸਿਰਫ 10 ਥਾਂ ਦੀ ਥਾਂ 7 ਤੋਂ 8 ਸੀਟਾਂ ਹੀ ਆਉਣਗੀਆਂ ਜੇਕਰ ਗੱਟੜਾ ਹੁੰਦਾ ਹੈ ਤਾਂ ਮਾਲਵੇ ਦੀਆਂ ਦੋ ਸੀਟਾਂ ਭਾਜਪਾ ਦੇ ਕੋਟੇ ਦੇ ਵਿੱਚ ਆ ਸਕਦੀਆਂ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਨੇ ਮੁਰ ਉਸ ਹਾਲਕੇ ਤੋਂ ਚੋਣ ਲੜਨ ਬਾਰੇ ਵੀ ਸ਼ੰਕਾ ਬਦਾ ਦਿੱਤੀ ਹੈ ਪਿਛਲੇ ਸਾਲ ਦੌਰਾਨ ਉਹਨਾਂ ਨੇ ਲੋਕ ਸਭਾ ਹਲਕੇ ਦੇ ਦੌਰਾਨ ਕਾਫੀ ਜ਼ਿਆਦਾ ਦੌਰੇ ਕੋ ਉਤੇ ਨਾ ਸਮਝਾ ਜਾਂਦਾ ਹੈ ਕਿ ਉਹ ਖੁਦ ਚੋਣਾ ਲੜਨ ਦੀ ਬਜਾਏ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਉਤੇ ਧਿਆਨ ਦੇਣਗੇ ਸੂਬੇ ਦੀ ਸਿਆਸਤ ਦੇ ਵਿੱਚ ਹਸ਼ਾਈ ਉਤੇ ਚੱਲੇ ਗਈ ਅਕਾਲੀ ਦਲ ਦੇ ਪ੍ਰਧਾਨ ਦੇ ਲਈ ਚੋਣ ਲੜਨ ਨਾਲੋਂ ਆਪਣੇ ਕੇਡਰ ਨੂੰ ਮਜ਼ਬੂਤ ਕਰਨਾ ਜ਼ਿਆਦਾ ਜ਼ਰੂਰੀ ਹੋ ਗਿਆ ਇਸ ਲਈ ਪ੍ਰਧਾਨ ਪਹਿਲਾ ਵਾਂਗ ਹੁਣ ਸੁਖਬੀਰ ਬਾਦਲ ਵਿਧਾਨ ਸਭਾ ਚੋਣਾ ਲੜਨਗੇ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣਾ ਲੜਨਗੇ ਫਿਲਹਾਲ ਸੁਖਬੀਰ ਬਾਦਲ ਸਾਰਾ ਧਿਆਨ ਅਕਾਲੀ ਦਲ ਨੂੰ ਮਜ਼ਬੂਤ ਕਰਨ ਉਤੇ ਲਗਾ ਰਹੇ ਨੇ ਗੱਲ ਕਰਦੇ ਆ ਕੜਾਕੇ ਦੀ ਥਾਂ ਦੇ ਉਤਰੀ ਪਾਰਾਂ ਦੇ ਵਿੱਚ ਸਵੇਲੇ ਕੜਾਕੀ ਦੀ ਠੰਡੇ ਇਸ ਕਾਰਨ ਜਿਹੜਾ ਹੈ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਲੈ ਕੇ ਆਹਮ ਖਬਰ ਸਾਹਮਣੇ ਹੈ ਜੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਚੰਡੀਗੜ੍ਹ ਦੇ ਵਿੱਚ 28 ਜਨਵਰੀ ਤੱਕ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ 14 ਜਨਵਰੀ ਤੱਕ ਬੰਦ ਰਹਿਣ ਦਾ ਹੁਕਮ ਦੇ ਦਿੱਤਾ ਗਿਆ ਹੁਕਮਾ ਦੇ ਵਿੱਚ ਕਿਹਾ ਗਿਆ ਹੈ ਇਸ ਸਮੇਂ ਦੌਰਾਨ ਸਕੂਲ ਆਨਲਾਈਨ ਕਲਾਸਾਂ ਲੈ ਸਕਣਗੇ ਜ਼ਿਕਰਯੋਗ ਹੈ ਚਰਨਗਰ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨੀ ਸਕੂਲਾਂ ਦਾ ਸਮਾਂ ਵਧਾਇਆ ਗਿਆ ਸੀ ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਤੱਕ ਵਿਦਿਆਰਥੀਆਂ ਦੇ ਲਈ ਸਕੂਲਾਂ ਦਾ ਸਮਾਂ ਸਵੇਰੇ 9:30 ਤੋਂ ਦੁਪਹਿਰ 1:00 ਵਜੇ ਤੱਕ ਕਰ ਦਿੱਤਾ ਦੱਸਦੀ ਹੈ ਕਿ ਹਾਲੀ ਦੇ ਵਿੱਚ ਠੰਡ ਆਵਾਦੀ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਵੀ ਆਂਗਣਵਾਲੀ ਵਰਕਰਾਂ ਤੇ ਬੱਚਿਆਂ ਨੂੰ ਲੈ ਕੇ ਵੱਡੀ ਜਿਹੜੀ ਹੈ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ दे 14 ਜਨਵਰੀ ਤੱਕ ਅੰਗਨਵਾੜੀ ਪੰਜਾਬ ਦੇ ਵਿੱਚ ਵਿਵੰਦ ਰਹਣਗੇ ਬੱਚਿਆਂ ਨੂੰ ਖਾਣਾ ਘਰਾਂ ਤੱਕ ਮੋਹਈਆ ਅੰਗਨਵਾੜੀ ਵਰਕਰ ਕਰਵਾਉਣਗੇ ਇਹ ਪੰਜਾਬ ਸਰਕਾਰ ਦੇ ਵੱਡੇ ਹੁਕਮ ਨੇ ਖਬਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਹੈ ਸ਼ਨੀਚਰਵਾਰ ਨੂੰ ਅਮ੍ਰਿਤਸਰ ਦੀ ਤਹਿਸੀਲ ਕੰਪਲੈਕਸ ਦੇ ਵਿੱਚ ਜ਼ਮੀਨ ਜਾਇਦਾਦ ਦਾ ਬਕਾਇਆ ਖਤਮ ਕਰਨ ਦੇ ਲਗਾਏ ਲਗਾਏ ਗਏ ਕੈਂਪ ਦੇ ਵਿੱਚ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਉਹ ਭੜਕ ਜਾਂਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਹੁਕਮਾਨ ਕੀ ਜਨਤਾ ਨੂੰ ਕਿਸ ਵਿਕੀਮਤ ਉਤੇ ਪਰੇਸ਼ਾਨ ਨਾ ਕੀਤਾ ਜਾਵੇ ਪਰ ਇੱਥੇ ਦੇ ਹਾਲਾਤ ਕੁਝ ਹੋរី ਬਿਆਨਕਾਰ ਇਸਨ ਇਸ ਕਰਕੇ ਤਹਿਸੀਲਦਾਰ ਅਮਰਜੀਤ ਸਿੰਘ ਦੇ ਦਫਤਰ ਅੱਗੇ ਪੈਂਡਿੰਗ ਦਾ ਪਹਾੜ ਅਤੇ ਲੋਕਾਂ ਨੂੰ ਪ੍ਰੇਸ਼ਾਰ ਹੁੰਦੇ ਦੇਖ ਕੇ ਮੰਤਰੀ ਨੇ ਉਹਨਾਂ ਨੂੰ ਤਾੜਨਾ ਕੀਤੀ ਹੈ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਨੇ ਕਰੀ 20 ਮਿੰਟ ਉੱਥੇ ਰਹੇ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਸ਼ੈਲੀ ਦਾ ਵੀ ਨਰਿਕਣ ਕੀਤਾ ਉੱਥੇ ਤਹਿਸੀਲਦਾਰ ਤਾਂ ਬੈਠੇ ਸੀ ਪਰ ਕੋਈ ਗੰਗੋ ਜੋ ਮੌਜੂਦ ਨਹੀਂ ਸੀ ਤੇ ਨਾ ਹੀ ਪਟਵਾਰੀ ਸੀ ਜਿਸ ਕਾਰਨ ਸਥਿਤੀ ਨੂੰ ਦੇਖਦੇ ਹੋਏ ਮੰਤਰੀ ਤਾਲੀਵਾਰ ਨੇ ਆਖਰਕਾਰ ਕਿਸੇ ਨੂੰ ਕਿਹਾ ਕਿ ਉੱਥੇ ਤੁਹਾਡੇ ਪਟਵਾਰੀ ਅਤੇ ਕਿੱਥੇ ਤੁਹਾਡੇ ਗੰਗੋ ਤੁਸੀਂ ਲੋਕਾਂ ਦਾ ਕੰਮ ਕਿਵੇਂ ਕਰਦੇ ਹੋ ਕਿਸ ਤਰੀਕੇ ਨਾਲ ਉਹਨਾਂ ਨੂੰ ਮਹੱਤ ਸਹੂਲਤਾ ਪ੍ਰਦਾਨ ਕਰਦੇ ਉਸ ਤੋਂ ਬਾਅਦ ਤਹਿਸੀਲਦਾਰਾ ਨੇ ਮੰਤਰੀਆਂ ਨੂੰ ਦੇਖਿਆ ਤੇ ਉਹਨਾਂ ਦੇ ਕੈਂਪ ਦੇ ਵਿੱਚ 500 ਤੋਂ ਵੱਧ ਅੰਤਕਾਰ ਦਰਸ਼ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ 275 ਪੈਂਡਿੰਗ ਕੇਸ ਹਨ ਬਾਕੀ ਨੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਮੰਤਰੀ ਇਸ ਵੇਲੇ ਭੜਕ ਜਾਂਦੇ ਤੇ ਮంత్రి ਨੂੰ ਮੌਜੂਦਾ ਲੋਕਾਂ ਨੂੰ ਵੀ ਪ੍ਰੋਸਾ ਦਵਾਇਆ ਕਿ ਸਾਰੇ ਕੰਮ ਜਲਦੀ ਹੀ ਕੀਤੇ ਜਾਣ ਕਿ ਤੇ ਅਸੀਂ ਜੇਕਰ ਇਸ ਵੇਲੇ ਕੰਮ ਨਹੀਂ ਕਰਨਗੇ ਮੌਜੂਦਾ ਜੜੇ ਕਰਮਚਾਰੀ ਨੇ ਉਹਨਾਂ ਨੂੰ ਸਖਤ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਤਾਂ ਕਹਿ ਸਕਦੇ ਆ ਕਿ ਮੰਤਰੀ ਦੇ ਵੱਲੋਂ ਅਚੰਤਕਿਤ ਦੌਰਾ ਕੀਤਾ ਗਿਆ ਦੌਰੇ ਦੇ ਵਿੱਚ ਕਲਾਸ ਜਮ ਕੇ ਚੜੀਆ ਪਟਵਾਰੀ ਅਤੇ ਕੰਗੋਦੀ ਲਗਾਈ ਗਈ ਹੈ ਪੈਂਡਿੰਗ ਕੇਸਾਂ ਨੂੰ ਲੈ ਕੇ ਕਲਾਸ ਉਹਨਾਂ ਦੀ ਲਗਾਈ ਗਈ ਸੀ ਮੰਤਰੀ ਦੇ ਵੱਲੋਂ ਖਬਰ ਸੁਖਜਿੰਦਰ ਸਿੰਘ ਰੰਦਾਵਾ ਦੇ ਨਾਲ ਜੁੜੀ ਹੋਈ ਹੈ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਵੀ ਜੇਲਾ ਦੇ ਵਿੱਚ ਇੰਟਰਵਿਊਡੈਂਟ ਦੇ ਮਾਮਲੇ ਦੇ ਲਾਰੈਂਸ ਬਿਸ਼ਨੋਏ ਉਤੇ ਅਫਾਇਰ ਦਰਜ ਕਰਨ ਨੂੰ ਲੈ ਕੇ ਸਰਕਾਰ ਦੀ ਨਲਾਇਕੀ ਦੱਸਿਆ ਦਰਅਸਲ ਦੱਸਦੀ ਹੈ ਕਿ ਉਪ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸਰਦਾਰ ਸੁਖਵਿੰਦਰ ਸੁਖਜਿੰਦਰ ਸਿੰਘ ਦਾ ਦਾਵਾ ਤੇ ਵੱਲੋਂ ਪੰਜਾਬ ਸਰਕਾਰ ਉਤੇ ਗੈਂਗਸਟਰ ਲਾਰੈਂਸ ਬਿਸ਼ਨੋਏ ਨੂੰ ਬਚਾਣਾ ਤੇ ਉਹਨਾਂ ਨੂੰ ਪੁਸ਼ਤਪਾਨੀ ਕਰਨ ਦੇ ਇਲਜ਼ਾਮ ਲਗਾਉਂਦੇ ਕਿ ਹੈ ਕਿ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਮੀਡੀਆ ਦੇ ਵਿੱਚ جاری ਬਿਆਨ ਦੇ ਰਹੀ ਉਹਨਾਂ ਨੇ ਕਿਹਾ ਹੈ ਕਿ ਲੋਰੈਂਸ ਬਿਸ਼ਨੋਈ ਉਤੇ ਐਫਆਈਆਰ ਦਰਜ ਕਰਨ ਦੀ ਰਸਮ ਮਾਟਰ ਹੀ ਅਦਾ ਕੀਤੀ ਗਿਆ ਉਹਨਾਂ ਕਿਹਾ 9 ਮਹੀਨੇ ਦੇ ਵਕਤ Guzar jaan to baad Lawrence Bishnoi di jail vich hui interviews sambandhi aj tak koi tath padtaal nahi ਸਿੱਧ ਹੋ ਸਕੀ ਹੈ ਪੰਜਾਬ ਸਰਕਾਰ ਇਸ ਵਿੱਚ ਗੰਬੀਰ ਨਹੀਂ ਹੋ ਰਹੀ ਹੈ ਰਹੰਦਾਵਾ ਨੇ ਅੱਗੇ ਕਿਹਾ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇਆਂ ਜ਼ਿਲ੍ਹਾ ਨੂੰ ਹਾਈ ਟੈਕ ਕਰਨ ਦੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਹੁਣ ਤੱਕ ਲੋਰੈਂਸ ਬਿਸ਼ਨੋਈ ਦੀ ਉਸ ਸਮੇਂ ਦੀ ਲੋਕੇਸ਼ਨ ਵਿਪਤਾ ਨਹੀਂ ਕਰ ਸਕੀ ਉਹਨਾਂ ਕਿਹਾ ਕਿ ਹਰ ਰੋਜ਼ ਜ਼ਿਲ੍ਹਾ ਦੇ ਵਿੱਚ ਗੈਂਗਸਟਰਾਂ ਦੀ ਜਸ਼ਨ ਮਨਾਉਂਦੀਆਂ ਵੀਡੀਓ ਆਮ ਹੀ ਸੁਣਨਿਆ ਰਹੀਆਂ ਨੇ ਸਰਕਾਰ ਦੀ ਨਿਆ ਪ੍ਰਣਾਲੀ ਸੰਪੂਰਨ ਤੌਰ ਤੇ ਤਹਿਸ ਨੇ ਸੋਚੂ ਕਿ ਪੰਜਾਬ ਦੇ ਵਿੱਚ ਹੁਣ ਗੈਂਗਸਟਰ ਦਾ ਵੀ ਰਾਜ ਹੋਣ ਲੱਗ ਪਿਆ ਮੁੱਖ ਮੰਤਰੀ ਮਾਨ ਨੂੰ ਸਲਾਹ ਦਿੰਦੇ ਹੋਣਾ ਕਿਹਾ ਹੈ ਕਿ ਉਹ ਦਿੱਲੀ ਦੀ ਚਾਪਲੂਸੀ ਛੱਡ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਿਆਂ ਵਿਵਸਥਾ ਦੇ ਉੱਪਰ ਪੂਰਨ ਤੌਰ ਤੇ ਧਿਆਨ ਦੇਣ ਦਾ ਬਾਨੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ ਗ੍ਰਹਿ ਅਤੇ ਜੇਲ੍ਹ ਵਿਭਾਗ ਦਾ ਦੋਨਾਂ ਦਾ ਚਾਰਜ ਹੈ ਅਤੇ ਉਹ ਬੜੀ ਆਸਾਨੀ ਦੇ ਨਾਲ ਲੋਰੈਂਸ ਬਿਸ਼ਨੋਏ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਆਦੇਸ਼ ਜਾਰੀ ਕਰ ਸਕਦੇ ਨੇ ਉਹਨਾਂ ਕਿਹਾ ਕਿ ਹੁਣ ਤੱਕ ਕੋਈ ਕਾਰਵਾਈ ਤਸਦ ਨਹੀਂ ਹੋਇਆ ਕਿ ਮੁੱਖ ਮੰਤਰੀ ਖੁਦ ਇਸ ਮਾਮਲੇ ਨੂੰ ਹੱਲ ਕਰਨਾ ਚਾਹੁੰਦੇ ਨਹੀਂ ਉਹਨਾਂ ਹੈਰਾਨੀ ਜ਼ਾਹਰ ਕੀਤੀ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਜਾ ਕੇ ਐਫ ਆਈ ਆਰ ਜਿਹੜੀ ਹੈ ਦਰਜ ਹੋਈ ਹੈ ਉੱਥੇ ਹੀ ਪੱਤਰਕਾਰ ਦਾ ਨਾਮ ਸ਼ਾਮਿਲ ਨਾ ਹੋਣ ਦੀ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਸਿਰਫ ਗੋਗਨੂਆ ਤੋਂ ਮਿੱਟੀ ਛਾਲਣ ਦਾ ਕੰਮ ਕਰ ਰਹੀ ਹੈ ਤਾਂ ਇਸ ਨਾਲ ਅੱਜ ਦੀਆਂ ਮੁੱਖ ਖਬਰਾਂ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ